ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਵੀਰੋ, ਭੈਣੋ, ਭਰਾਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਅੱਜ ਜਲਾਲਾਬਾਦ ਸ਼ਹੀਦ ਰਵਿੰਦਰ ਆਵਲਾ ਜੀ ਨੇ ਜਿੱਤੀ ਆ, ਮੈਂ ਆਪਣੇ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦੇਣੀਆਂ ਚਾਹੁੰਦਾ, ਔਰ ਖਾਸ ਕਰਕੇ ਸਰਦਾਰ ਜਸਵੀਰ ਸਿੰਘ ਜੀ ਡਿੰਪਾ ਨੂੰ, ਮਾਝੇ ਦੇ ਜਰਨੈਲ ਨੂੰ, ਜਿਨ੍ਹਾਂ ਦੀ ਮਿਹਨਤ ਸਦਕਾ ਇਹ ਸਾਰਾ ਜਿਹੜਾ ਸੁਖਬੀਰ ਬਾਦਲ ਦਾ ਕਿਲ੍ਹਾ ਸੀਗਾ ਉਹ ਢਹਿ ਢੇਰੀ ਹੋਇਆ। ਕੈਪਟਨ ਅਮਰਿੰਦਰ ਸਿੰਘ ਜੀ ਨੂੰ ਵੀ ਵਧਾਈ ਦਿੰਦਾ, ਜਿਨ੍ਹਾਂ ਨੇ ਆਪਣਾ ਵਿਸ਼ਵਾਸ ਜਿਤਾ ਕੇ ਸਰਦਾਰ ਜਸਵੀਰ ਸਿੰਘ ਜੀ ਡਿੰਪਾ ਨੂੰ ਜਲਾਲਾਂ ਚੋਣ ਦੇ ਲਈ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਜਿਨ੍ਹਾਂ ਦੀ ਸਾਰੀ ਟੀਮ ਨੇ ਰਾਤ ਦਿਨ ਇੱਕ ਕੀਤਾ, ਵਰਕਰਾਂ ਨੇ ਮਿਹਨਤ ਕੀਤੀ, ਸਮੁੱਚੀ ਟੀਮ ਨੇ ਮਿਹਨਤ ਕੀਤੀ, ਜਿਸਦੇ ਸਦਕਾ ਅੱਜ ਮਿਹਨਤ ਦਾ ਫਲ ਮਿਲਿਆ। ਸੋ ਸੁਖਬੀਰ ਬਾਦਲ ਕਹਿੰਦਾ ਸੀ ਕਿ ਜਲਾਲਾਬਾਦ ਸ਼ੀਟ ਆ ਜਿਹੜੀ ਇਹ ਮੈਂ ਇਸਦੀ ਰਜਿਸਟਰੀ ਆਪਣੇ ਨਾਂ ਕਰਵਾਈ ਹੋਈ ਆ, ਇਸ ਨੂੰ ਕੋਈ ਤੋੜ ਨਹੀਂ ਸਕਦਾ। ਸੋ ਅੱਜ ਸਰਦਾਰ ਜਸਵੀਰ ਸਿੰਘ ਜੀ ਡਿੰਪਾ ਜੀ, ਮਾਝੇ ਦੇ ਜਰਨੈਲ, ਜਿਨ੍ਹਾਂ ਦੀ ਮਿਹਨਤ ਸਦਕਾ ਜਿਨ੍ਹਾਂ ਦੀ ਟੀਮ ਨੇ ਰਾਤ ਦਿਨ ਇੱਕ ਕੀਤਾ ਅਤੇ ਡਿੰਪਾ ਜੀ ਦੀਆਂ ਫੌਜਾਂ ਨੇ ਅੱਜ ਜਿਹੜਾ ਕਿਲ੍ਹਾ ਵਾ ਸੁਖਬੀਰ ਦਾ ਇਹ ਤਹਿਸ ਨਹਿਸ ਕਰਕੇ ਰੱਖ ਦਿੱਤਾ। ਸੋ ਇੱਕ ਗੱਲ ਤਾਂ ਇਹ ਪੱਕੀ ਹੈ ਕਿ ਪੁਰਾਣੇ ਜਿੰਦਰੇ ਖੋਲ੍ਹਣ ਦੀ ਚਾਬੀ ਸਰਦਾਰ ਜਸਵੀਰ ਸਿੰਘ ਜੀ ਡਿੰਪਾ ਦੇ ਕੋਲ ਹੀ ਆ, ਚਾਹੇ ਉਹ ਖਡੂਰ ਸਾਹਿਬ ਦੀ ਹੋਵੇ ਗੱਲ ਕਰ ਲਈਏ, ਚਾਹੇ ਜਲਾਲਾਬਾਦ ਦੀ ਕਰ ਲਈਏ। ਖਡੂਰ ਸਾਹਿਬ ਦੀ ਸ਼ੀਟ 42 ਸਾਲਾਂ ਬਾਅਦ ਜਿੱਤ ਕੇ ਕਾਂਗਰਸ ਦੀ ਝੋਲੀ ਪਾਈ ਸਰਦਾਰ ਡਿੰਪਾ ਜੀ ਨੇ, ਇਸੇ ਹੀ ਤਰ੍ਹਾਂ ਪਿਛਲੇ 17 ਸਾਲ ਤੋਂ ਜਲਾਲਾਬਾਦ ਸ਼ੀਟ 'ਤੇ ਵੀ ਅਕਾਲੀ ਦਲ ਕਾਬਜ਼ ਸੀਗਾ, ਉਹ ਵੀ ਕਿਲ੍ਹਾ ਢਹਿ ਢੇਰੀ ਹੋਇਆ ਅਤੇ ਜਸਵੀਰ ਸਿੰਘ ਡਿੰਪਾ ਜੀ ਦੀ ਮਿਹਨਤ ਦੇ ਸਦਕਾ ਮੈਂ ਡਿੰਪਾ ਜੀ ਨੂੰ ਬਹੁਤ ਬਹੁਤ ਵਧਾਈ ਦੇਣੀ ਚਾਹੁੰਦਾ, ਜਿਨ੍ਹਾਂ ਦੀ ਲੀਡਰਸ਼ਿਪ, ਜਿਨ੍ਹਾਂ ਦੀ ਟੀਮ ਅਤੇ ਜਿਨ੍ਹਾਂ ਦੇ ਮਿਹਨਤ ਦੇ ਸਦਕਾ, ਜਿਨ੍ਹਾਂ ਦੀ ਯੋਗ ਅਗਵਾਈ ਦੇ ਵਿੱਚ ਅਸੀਂ ਸਾਰਿਆਂ ਰਲ ਮਿਲ ਕੇ ਕੰਮ ਕੀਤਾ ਅਤੇ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ। ਸੋ ਡਿੰਪਾ ਜੀ 'ਤੇ ਲੋਕਾਂ ਨੇ ਵਿਸ਼ਵਾਸ ਜਿਤਾ ਕੇ ਉਹਨਾਂ ਦੀ ਮਿਹਨਤ ਵੇਖ ਕੇ ਸਾਰਾ ਕਰਕੇ ਤੋ ਸੋ ਅੱਜ ਜਿਹੜੀ ਅਸੀਂ ਜਲਾਲਾਬਾਦ ਦੀ ਸ਼ੀਟ ਜਿੱਤੀ ਆ ਉਹ ਕਾਂਗਰਸ ਦੀ ਝੋਲੀ ਪਈ ਆ। ਮੈਂ ਸਾਰੇ ਜਲਾਲਾਬਾਦ ਵਰਕਰਾਂ ਨੂੰ, ਆਪਣੇ ਭੈਣਾਂ ਭਰਾਵਾਂ ਨੂੰ ਵਧਾਈ ਦਿੰਦਾ, ਆਵਲਾ ਜੀ ਨੂੰ ਵਧਾਈ ਦਿੰਦਾ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।